ਕੈਨੇਡਾ ਵਿੱਚ ਪਹਿਲੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਤੇ ਆਧਾਰਿਤ ਸਾਊਂਡ ਐਂਡ ਲੇਜ਼ਰ ਸ਼ੋਅ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ ਕਿ 17 ਦਸੰਬਰ ਨੂੰ ਕਰਵਾਇਆ ਜਾਏਗਾ। ਇਹ ਸ਼ੋਅ ਲੋਕਾਂ ਲਈ ਬਿਲਕੁਲ ਮੁਫਤ ਰੱਖਿਆ ਗਿਆ ਅਤੇ ਇਸ ਸੰਬੰਧੀ ਬੀਤੇ ਦਿਨੀ ਸ਼ੋਅ ਦੇ ਪ੍ਰਬੰਧਕ ਵਿਰਾਸਤ ਏ ਖਾਲਸਾ ਵੱਲੋਂ ਇੱਕ ਖਾਸ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਮੁਗਲਾਂ ਨੂੰ ਸ਼ਿਕਸਤ ਦਿੰਦੇ ਹੋਏ 1699 ਈਸਵੀ ਵਿੱਚ ਆਨੰਦਪੁਰ ਦੇ ਕੇਸਗੜ੍ਹ ਵਿੱਚ ਵਿਸਾਖੀ ਦੇ ਦਿਨ ਉਹਨਾਂ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਇਕੱਠਿਆਂ ਕੀਤਾ। ਨੰਗੀ ਤਲਵਾਰ ਲੈ ਕੇ ਗੁਰੂ ਜੀ ਨੇ ਸੀਸ ਅਰਪਣ ਕਰਨ ਲਈ ਸਭ ਸ਼ਰਧਾਲੂਆਂ ਨੂੰ ਲਲਕਾਰਿਆ। ਸੁੰਨ ਹੋਈ ਸਭਾ ਵਿੱਚੋਂ ਲਾਹੌਰ ਦੇ ਖੱਤਰੀ ਸਮਾਜ ਦੇ ਦਇਆ ਰਾਮ ਅੱਗੇ ਆਏ। ਵਿਰਾਸਤ ਏ ਖਾਲਸਾ ਵੱਲੋਂ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਹਨਾਂ ਦੀ ਜੀਵਨੀ ਬਾਰੇ ਸਾਊਂਡ ਐਂਡ ਲੇਜ਼ਰ ਸ਼ੋਅ ਆਉਂਦੀ 17 ਦਸੰਬਰ ਨੂੰ ਕੈਨੇਡੀਅਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸੇ ਸੰਬੰਧੀ ਬੀਤੇ ਦਿਨੀ ਵਿਰਾਸਤ ਏ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ ਤੇ ਇਸ ਨੂੰ ਹੋਰ ਬਿਹਤਰ ਬਣਾਉਣ ਲਈ ਮੀਡੀਆ ਦੇ ਸੁਝਾਅ ਲਏ ਗਏ। ਇਸ ਸ਼ੋਅ ਵਿੱਚ ਕਿਸੇ ਕਿਸਮ ਦੀ ਐਂਟਰੀ ਫੀਸ ਨਹੀਂ ਲਈ ਜਾਵੇਗੀ, ਪਰ ਇਸ ਸ਼ੋਅ ਨੂੰ ਵੇਖਣ ਵਾਲਿਆਂ ਨੂੰ ਜਲਦ ਹੀ ਐਲਾਨੀ ਜਾਣ ਵਾਲੀ ਥਾਂ ਤੋਂ ਫ੍ਰੀ ਪਾਸ ਲੈਣੇ ਹੋਣਗੇ। ਇਸ ਮੀਡੀਆ ਕਮੇਟੀ ਦੇ ਵੱਲੋਂ ਤੁਹਾਡਾ ਸਾਰੇ ਵੀਰਾਂ ਭੈਣਾਂ ਦਾ ਬੇਹੱਦ ਸ਼ੁਕਰਾਨਾ ਕਰਦੇ ਹਾਂ। ਤੋਂ ਸਾਡਾ ਇਹ ਮਨ ਕਰਦਾ ਸੀ ਕਿ ਅਸੀਂ ਵੀ ਆਪਣੇ ਇਸ ਦੇਸ਼ ਦੇ ਵਿੱਚ ਜਿਹੜੀਆਂ ਸੰਗਤਾਂ ਪਟਨਾ ਸਾਹਿਬ ਨਹੀਂ ਪਹੁੰਚ ਸਕੀਆਂ ਜਾਂ ਨਹੀਂ ਪਹੁੰਚ ਸਕਦੀਆਂ, ਉਹਨਾਂ ਨੂੰ ਘੱਟੋ ਘੱਟ ਇੱਥੇ ਇਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ 'ਤੇ ਇਹ ਲੇਜ਼ਰ ਸ਼ੋਅ ਤਿਆਰ ਕੀਤਾ ਗਿਆ ਹੈ ਉਹਨੂੰ ਲਿਆ ਕੇ ਦਿਖਾਇਆ ਜਾਵੇ ਤਾਂ ਕਿ ਇੱਥੇ ਸੰਗਤਾਂ ਵੀ ਉਸ ਤੋਂ ਬਹੁਤ ਵੱਧ ਤੋਂ ਵੱਧ ਉਹਨਾਂ ਦੀ ਜੀਵਨੀ ਤੋਂ ਜਿਹੜੀ ਨਾ ਸਿੱਖਿਆ ਲੈ ਸਕਣ। ਇਹ ਸ਼ੋਅ ਜੀ 17 ਦਸੰਬਰ ਨੂੰ ਇਸੇ ਸਾਲ ਹੀ ਇਹ ਅਸੀਂ ਕਰਵਾ ਰਹੇ ਹਾਂ ਜੀ 1 ਵਜੇ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇੱਕ ਲੇਜ਼ਰ ਸ਼ੋਅ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ। ਲੇਜ਼ਰ ਸ਼ੋਅ ਦੇ ਨਾਲ ਸਾਊਂਡ ਐਂਡ ਲੇਜ਼ਰ ਸ਼ੋਅ ਜਿਹੜਾ ਕਿ ਪਟਨੇ ਦੀ ਧਰਤੀ 'ਤੇ ਇਸ ਪੂਰੇ ਸਾਲ ਉਸ 350ਵੇਂ ਜਨਮਦਿਨ ਨੂੰ ਮੁਖਾਤਬ ਹੋ ਕੇ ਤਿਆਰ ਵੀ ਕੀਤਾ ਗਿਆ। ਉੱਥੇ ਲੱਖਾਂ ਸੰਗਤਾਂ ਨੇ ਜੀ ਉਸ ਨੂੰ ਦੇਖਿਆ, ਸਲਾਹਿਆ, ਉਹ ਇਸ ਕਦਰ ਇੰਨਾ ਖੂਬਸੂਰਤ ਆ ਜਿਹੜਾ ਉਹ ਸ਼ੋਅ ਤਿਆਰ ਕੀਤਾ ਗਿਆ ਜਿਹਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਹੈ ਉਹਦੇ ਬਾਰੇ ਜੀ ਪਤਾ ਚੱਲਦਾ, ਕੋਈ ਕਰੀਬ 45-50 ਮਿੰਟ ਦਾ ਇਹ ਜਿਹੜਾ ਸ਼ੋਅ ਹੈ ਇੱਕ ਵਿਲੱਖਣ ਜੀ ਚੀਜ਼ ਹੈ। ਬਹੁਤ ਅਸੀਂ ਹਿਸਟਰੀ ਦੀਆਂ ਕਿਤਾਬਾਂ ਦੇ ਰਾਹੀਂ ਜਾਂ ਲੈਕਚਰਸ ਦੇ ਰਾਹੀਂ ਜਾਂ ਫਿਰ ਜਿਹੜੇ ਕੋਈ ਥੀਏਟਰ ਦੇ ਰਾਹੀਂ ਗੁਰੂ ਸਾਹਿਬ ਦੇ ਬਾਰੇ ਪੜ੍ਹਦੇ ਆਏ, ਸੁਣਦੇ ਆਏ, ਉਹਨਾਂ ਦੀ ਜੀਵਨੀ ਦੇ ਬਾਰੇ ਬਹੁਤ ਜਾਣਕਾਰੀ ਹਾਸਲ ਕਰਦੇ ਆਏ, ਪਰ ਇਹ ਇੱਕ ਬਿਲਕੁਲ ਨਵੀਂ ਟੈਕਨੀਕ ਹੈ ਜਿਹੜੀ ਕਿ 21ਵੀਂ ਸਦੀ ਦੇ ਵਿੱਚ ਡਿਜੀਟਲੀ ਪ੍ਰੋਡਿਊਸ ਕੀਤਾ ਗਿਆ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 350 ਸਾਲਾਂ ਦੇ ਸੰਬੰਧ ਦੇ ਵਿੱਚ ਲੇਜ਼ਰ ਸ਼ੋਅ ਜਿਹੜਾ ਹਜ਼ੂਰ ਸਾਹਿਬ ਦੇ ਵਿੱਚ ਹੁੰਦਾ ਹੈ ਉਹ ਕਰਵਾਇਆ ਜਾ ਰਿਹਾ। ਹਾਲਾਂਕਿ ਗੁਰਪੁਰਬ ਜਿਹੜਾ ਭਾਵੇਂ ਜਨਵਰੀ 5 ਦਾ, ਪਰ ਕਿਉਂਕਿ ਮੂਰੇ ਕ੍ਰਿਸਮਸ ਹੈ, ਇਹ ਸਾਰਾ ਫੈਸਟਿਵ ਸੀਜ਼ਨ ਜਿਹੜਾ ਜੀ ਇਹਨਾਂ ਮੁਲਕਾਂ ਦੇ ਵਿੱਚ ਹੁੰਦਾ, ਸੋ ਇਹ ਬ੍ਰੈਂਪਟਨ ਦੇ ਵਿੱਚ ਕੈਨੇਡਾ ਦੇ ਵਿੱਚ ਹੈ ਜੀ, ਜਿਹੜਾ ਕਿ 79 ਬ੍ਰਹਿਮ ਸਟੀਲ ਰੋਡ ਹਾਈਵੇ 410 ਸਟੀਲ ਦਾ ਬਿਲਕੁਲ ਕੋਰਨਰ ਬਣਦਾ, ਉੱਥੇ ਇਹ 2 ਸ਼ੋਅ ਹੋਣੇ ਨੇ ਜੀ। ਪਹਿਲਾ ਸ਼ੋਅ ਜਿਹੜਾ ਜੀ 1 ਵਜੇ ਹੋਣਾ, 12 ਵਜੇ ਦਰਵਾਜ਼ੇ ਖੁੱਲ੍ਹਣੇ ਨੇ, 1 ਘੰਟੇ ਦਾ ਸ਼ੋਅ ਆ, 2 ਵਜੇ ਤੱਕ ਉਹ ਸ਼ੋਅ ਚੱਲੇਗਾ। ਫਿਰ ਵਿੱਚ 1 ਘੰਟਾ ਰੱਖਿਆ ਗਿਆ ਜੀ ਦਰਸ਼ਕ ਬਾਹਰ ਜਾਣ ਲਈ ਅਤੇ ਫਿਰ ਦੁਬਾਰਾ ਦੂਸਰੇ ਦਰਸ਼ਕ ਅੰਦਰ ਆਉਣ ਲਈ, ਫਿਰ ਦੂਜਾ ਸ਼ੋਅ ਜਿਹੜਾ 3 ਵਜੇ ਹੋਵੇਗਾ। 2000 ਦੀ ਕਪੈਸਿਟੀ ਆ ਜੀ, ਕੋਈ ਇਹਦੀ ਟਿਕਟ ਨਹੀਂ ਰੱਖੀ ਗਈ। ਇਹਦੇ ਵਿੱਚ ਸਾਡੀ ਇੱਕ 14 ਮੈਂਬਰੀ ਕਮੇਟੀ ਬਣਾਈ ਗਈ ਹੈ। ਇਹ ਸਾਡਾ ਸਾਰਾ ਸਾਂਝਾ ਕਮਿਊਨਿਟੀ ਦਾ ਇਵੈਂਟ ਹੈ। ਇਹਦੇ ਵਿੱਚ ਕੋਈ ਕਿਸੇ ਖਾਸ ਸੰਸਥਾ ਜਾਂ ਕਿਸੇ ਗਰੁੱਪ ਜਾਂ ਕਿਸੇ ਇੰਡੀਵਿਜੁਅਲ ਨੂੰ ਅਸੀਂ ਨਹੀਂ ਇਨਵੋਲਵ ਕੀਤਾ, ਸਾਰੀ ਕਮਿਊਨਿਟੀ ਦੇ ਸਹਿਯੋਗ ਦੀ ਅਸੀਂ ਤਵੱਕੋਂ ਕਰ ਰਹੇ ਹਾਂ। ਔਰ 17 ਦਸੰਬਰ ਦਿਨ ਐਤਵਾਰ ਨੂੰ ਕੈਨੇਡੀਅਨ ਕਨਵੈਨਸ਼ਨ ਸੈਂਟਰ 'ਚ 2 ਸ਼ੋਅ ਲੀਕੇ ਗਏ ਨੇ, ਜਿਨ੍ਹਾਂ ਦੇ ਵਿੱਚ ਪਹਿਲਾ ਸ਼ੋਅ 1 ਵਜੇ ਹੋਣਾ ਔਰ ਦੂਸਰਾ 3:30 ਵਜੇ, ਔਰ ਇਹ ਤਕਰੀਬਨ 45 ਮਿੰਟ ਤੋਂ ਲੈ ਕੇ 1 ਘੰਟੇ ਦੇ ਦਰਮਿਆਨ ਦਾ ਜਿਹੜਾ ਸ਼ੋਅ ਹੋਣਾ। ਜ਼ਿਕਰਯੋਗ ਹੈ ਕਿ ਇਸ ਸ਼ੋਅ ਨੂੰ ਵੇਖਣ ਦਾ ਸੱਦਾ ਸਮੂਹ ਗੁਰਦੁਆਰਾ ਕਮੇਟੀਆਂ ਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਵੀ ਦਿੱਤਾ ਜਾਏਗਾ। ਕਮਿਊਨਿਟੀ ਦੇ ਅੰਦਰ ਚੱਲ ਰਹੇ 3 ਪ੍ਰਾਈਵੇਟ ਸਕੂਲਾਂ ਨੂੰ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਇਹ ਸ਼ੋਅ ਦਿਖਾਉਣ ਲਈ ਪਹੁੰਚ ਕੀਤੀ ਜਾਏਗੀ। ਇਸ ਮੌਕੇ ਇਕੱਠ ਨੂੰ ਵੇਖਦੇ ਹੋਏ ਸਿਕਿਉਰਿਟੀ ਦੇ ਵੀ ਪੁਖਤਾ ਇੰਤਜ਼ਾਮ ਕੀਤੇ ਜਾਣਗੇ। ਕੈਮਰਾਮੈਨ ਮਰਿੰਦਰ ਜੱਸਲ ਦੇ ਨਾਲ ਰੁਪਿੰਦਰ ਕੌਰ, PDC ਨਿਊਜ਼, ਬ੍ਰੈਂਪਟਨ, ਕੈਨੇਡਾ।